ਤੁਸੀਂ ਸੁਣ ਰਹੇ ਹੋ ਰੇਡੀਓ ਚਾਚੀ ਪਰਦੇਸੀ। ਲਓ ਦੋਸਤੋ, ਹਮੇਸ਼ ਦੀ ਤਰ੍ਹਾਂ ਡਾਕਟਰ ਅਮਰੀਕ ਸਿੰਘ ਕੰਡਾ ਮੋਗੇ ਤੋਂ ਕੰਡੇ ਦਾ ਕੰਡਾ ਲੈ ਕੇ ਆ ਜਾਣੇ। ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਮਾਲਕੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹੈ ਜੀ ਕੰਡੇ ਦਾ ਕੰਡਾ ਅੱਜ? ਫਿਰ ਕੰਡੇ ਦਾ ਕੰਡਾ ਜੀ, ਮਿਰਜੇ ਦੀ ਬੋਤਲ। ਮਿਰਜੇ ਦੀ ਬੋਤਲ, ਆਉਣ ਦਿਓ, ਸੁਣਾਓ ਫਿਰ, ਖੋਲੋ। ਮਿਰਜਾ ਜੰਮਦੇ ਦੁੱਧ ਦੀ ਬੋਤਲ ਪੀਣ ਲੱਗਾ। ਮਿਰਜਾ ਜੰਮਦੇ ਹੀ ਦੁੱਧ ਦੀ ਬੋਤਲ ਪੀਣ ਲੱਗਾ, ਥੋੜਾ ਵੱਡਾ ਹੋ ਕੇ ਪੈਪਸੀ ਦੀ ਬੋਤਲ ਲਈ ਤਿਆਰ ਕਰਕਾ। ਜਵਾਨੀ ਤਾਂ ਭੇਡ ਦੇ ਲੇਲੇ ਵਾਂਗ ਆਈ, ਫੇਰ ਬੀਅਰ ਦੀ ਬੋਤਲ ਨਾਲ ਕਰ ਬੈਠਾ ਪਿਆਰ ਕਾਕਾ। ਫੇਰ ਪਿੱਛੇ ਮੁੜਨਾ ਵੇਖਿਆ ਜੱਟ ਮਿਰਜੇ, ਮੰਨ ਲਿਆ ਵਿਸਕੀ ਨੂੰ ਅੰਮ੍ਰਿਤ ਪੀਂਦਾ ਸ਼ਰੇ ਬਾਜ਼ਾਰ ਕਾਕਾ। ਫੇਲ ਹੋ ਗਿਆ ਜਦ ਲੀਵਰ ਪੀ ਪੀ ਕੇ, ਫੇਰ ਬੋਤਲ ਗਲੂਕੋਜ ਦੀ, ਫੇਰ ਬੋਤਲ ਗਲੂਕੋਜ ਦੀ ਦਾ ਕਰਨ ਲੱਗਾ ਸਤਿਕਾਰ ਕਾਕਾ। ਦੋ ਨੰਬਰ ਹੁਣ ਓਲਡ ਹੋ ਗਿਆ, ਨੌ ਨੰਬਰ ਦਾ ਕੰਮ ਕਰਦਾ। ਦੋ ਨੰਬਰ ਹੁਣ ਓਲਡ ਹੋ ਗਿਆ, ਨੌ ਨੰਬਰ ਦਾ ਕੰਮ ਕਰਦਾ, ਇਹ ਉਹ ਧਨੀਆ ਦੀ ਪੈਦਾਵਾਰ ਕਾਕਾ ਜੀ। ਕੰਡਾ ਮੋਗੇ ਵਾਲਾ ਵਿਚਾਰਾ ਕੀ ਕਰੇ, ਇੱਥੇ ਸੋਚ ਜੀ ਨਾ ਕੋਈ ਨੀਲੀ ਨਾ ਚਿੱਟੀ ਸਰਕਾਰ ਕਾਕਾ ਜੀ। ਬਿਲਕੁਲ ਸਹੀ ਹੈ। ਇੱਕ ਹੈਗਾ ਜੀ ਕੰਡੇ ਦਾ ਕੰਡਾ ਵਾਲ ਲੰਬੂ ਪੁੱਤ ਜੀ। ਅੱਜ ਪੋਤੇ ਦਾ ਜਨਰਲ ਨੌਲੇਜ ਦਾ ਪੇਪਰ ਸੀ, ਪੋਤਾ ਬਹੁਤ ਖੁਸ਼ ਸੀ। ਘਰ ਪਹੁੰਚਦੇ ਹੀ ਦਾਦੇ ਨੇ ਗੱਲ ਲਾਉਂਦੇ ਹੋਏ ਪੁੱਛਿਆ, ਕਿਹੋ ਜਿਹਾ ਰਿਹਾ ਮੇਰੇ ਪੁੱਤ ਪੇਪਰ? ਦਾਦਾ ਜੀ ਨੇ ਆਪਣੀ ਆਦਤ ਅਨੁਸਾਰ ਪੁੱਛਿਆ, ਵੱਡੇ ਪਾਪਾ ਜੀ ਤੁਸੀਂ ਦੱਸੋ ਸਭ ਤੋਂ ਵੱਡਾ ਕੌਣ ਹੈ ਜੀ? ਇਸ ਨੂੰ ਬੰਦਾ ਅਲੱਗ ਅਲੱਗ ਨਾਵਾਂ ਨਾਲ ਪੁਕਾਰਦਾ ਹੈ ਤੇ ਮਹਿਸੂਸ ਕਰਦਾ ਹੈ ਜੀ। ਪੁੱਤ ਨੇ ਦਾਦੇ ਨੂੰ ਪੁੱਛਿਆ ਜੀ, ਪੋਤੇ ਨੇ ਦਾਦੇ ਨੂੰ ਪੁੱਛਿਆ ਵੀ ਸਭ ਤੋਂ ਮਤਲਬ ਵੱਡਾ ਕੌਣ ਹੈ ਜੀ? ਸਭ ਤੋਂ ਵੱਡਾ ਰੱਬ ਹੈ, ਜਿਸ ਨੂੰ ਬੰਦਾ ਪਰਮਾਤਮਾ, ਰੱਬ, ਭਗਵਾਨ, ਰਾਮ, ਕ੍ਰਿਸ਼ਨ, ਅੱਲਾ, ਗਾਡ, ਦੇਵੀ ਦੇਵਤਿਆਂ ਨੂੰ ਅਲੱਗ ਅਲੱਗ ਨਾਵਾਂ ਨਾਲ ਮੰਨਦਾ ਹੈ, ਪਰ ਇੰਨਾ ਸਭ ਦਾ ਇੱਕੋ ਹੀ ਰੂਪ ਹੈ। ਕਈ ਇਸ ਨੂੰ ਅੱਖਾਂ ਬੰਦ ਕਰਕੇ ਮਹਿਸੂਸ ਕਰਦੇ ਨੇ, ਦਾਦਾ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ ਜੀ। ਪੋਤਾ ਦਾਦੇ ਮੂੰਹ ਵੱਲ ਦੇਖਦਾ ਤੇ ਬੋਲਿਆ, ਨਹੀਂ ਵੱਡੇ ਪਾਪਾ ਜੀ, ਇਸ ਦਾ ਇਹ ਜਵਾਬ ਨਹੀਂ ਸੀ, ਇਸ ਦਾ ਜਵਾਬ ਹੋਰ ਹੈ। ਕੀ ਹੈ ਪੋਤੇ ਦਾ ਜਵਾਬ? ਦਾਦਾ ਜੀ ਨੇ ਬੜੀ ਉਤਸੁਕਤਾ ਨਾਲ, ਹੈਰਾਨੀ ਨਾਲ ਪੁੱਛਿਆ ਜੀ, ਜੀ ਦੁਨੀਆ 'ਚ ਸਭ ਤੋਂ ਵੱਡਾ ਪਿਆਰ ਹੈ ਜੀ, ਜਿਸ ਨੂੰ ਆਪਾਂ ਪ੍ਰੇਮ, ਲਵ, ਪਿਆਰ ਅਲੱਗ ਅਲੱਗ ਭਾਸ਼ਾਵਾਂ ਦੇ ਅਲੱਗ ਅਲੱਗ ਨਾਵਾਂ ਨਾਲ ਪੁਕਾਰਦੇ ਹਾਂ। ਪ੍ਰੇਮ ਹੋਵੇ ਤਾਂ ਬੇਗਾਨਿਆਂ ਨੂੰ ਵੀ ਵੱਸ ਵਿੱਚ ਕਰ ਲੈਂਦਾ ਹੈ, ਪ੍ਰੇਮ ਨਾ ਹੋਵੇ ਤਾਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ। ਇਸ ਨੂੰ ਹਰ ਇਨਸਾਨ, ਜਾਨਵਰ, ਪੰਛੀ, ਕੀੜੇ ਮਕੌੜੇ, ਜੀਵ ਜੰਤੂ ਮਹਿਸੂਸ ਕਰਦੇ ਨੇ, ਚਾਹੇ ਹਜ਼ਾਰਾਂ ਮੀਲ ਦੂਰ ਬੈਠੇ ਹੋਣ। ਸਗੋਂ ਜਿਉਂ ਜਿਉਂ ਦੂਰੀ ਵੱਧਦੀ ਹੈ, ਪ੍ਰੇਮ ਹੋਰ ਵੱਧਦਾ ਹੈ।
ਪਿਆਰ ਚ ਕੋਈ ਪਿਆਰਾ ਲੱਗੇ ਤਾਂ ਉਸਨੂੰ ਮਿਲਣਾ ਜ਼ਰੂਰੀ ਨਹੀਂ, ਉਸਦਾ ਖਿਆਲ ਹੀ ਆ ਜਾਣਾ, ਮਹਿਸੂਸ ਕਰਨਾ ਹੀ ਪੂਰਤੀ ਹੈ ਜੀ। ਬਿਲਕੁਲ, ਪ੍ਰੇਮ ਨੂੰ ਹਰ ਕੋਈ ਪਸੰਦ ਕਰਦਾ ਹੈ। ਇਹ ਪ੍ਰੇਮ ਤਾਂ ਰੱਬ ਨੂੰ ਵੀ ਵਸ ਵਿੱਚ ਕਰ ਲੈਂਦਾ ਹੈ। ਪੋਤੇ ਨੇ ਦਾਦੇ ਨੂੰ ਵਿਸਤਾਰ ਦੱਸਿਆ ਤਾਂ ਦਾਦੇ ਨੇ ਪੋਤੇ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਤੇ ਅੱਖਾਂ ਚ ਹੰਝੂ ਨਿਕਲ ਆਏ ਜੀ। ਬਿਲਕੁਲ, ਤੂੰ ਮੈਨੂੰ ਅੱਜ ਬਹੁਤ ਵੱਡੀ ਗੱਲ ਦੱਸੀ ਹੈ, ਮੈਂ ਸਾਰੀ ਉਮਰ ਕੱਢ ਦਿੱਤੀ। ਪੋਤੇ ਦਾ ਸਿਰ ਪਲੋਸਦੇ ਹੋਏ ਕਿਹਾ, ਵੱਡੇ ਪਾਪਾ ਇਹ ਗੱਲ ਮੈਂ ਤੁਹਾਡੇ ਕੋਲੋਂ ਹੀ ਸਿੱਖੀ ਹੈ, ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਹੋ। ਮੈਂ ਤਾਂ ਕਦੇ ਰੱਬ ਵੇਖਿਆ ਨਹੀਂ, ਮੈਂ ਤਾਂ ਹਮੇਸ਼ਾ ਤੁਹਾਡਾ ਪਿਆਰ ਵੇਖਿਆ ਤੇ ਮਹਿਸੂਸ ਕੀਤਾ। ਬਸ ਅੱਜ ਇਹੀ ਲੈ ਕੇ ਆਇਆ, ਠੀਕ ਆ ਨਾ ਵੱਡੇ ਪਾਪਾ ਜੀ? ਦਾਦੇ ਨੇ ਉਸਨੂੰ ਫਿਰ ਘੁੱਟ ਕੇ ਗੱਲ ਨਾਲ ਲਾ ਲਿਆ, ਕਹਿੰਦਾ ਵਾਹ ਮੇਰੇ ਲੰਬੂ ਪੁੱਤ, ਤੂੰ ਲੰਬਾ ਹੀ ਨੀ ਸਿਆਣਾ ਵੀ ਹੋ ਗਿਆ, ਸਿਆਣਾ ਜਿਸਨੇ ਆਪਣੇ ਦਾਦੇ ਨੂੰ ਪ੍ਰੇਮ ਸਿੱਖਿਆ ਦਿੱਤੀ ਜੀ। ਢਾਈ ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ ਜੀ। ਹੋਰ ਕੰਡਾ ਸਾਹਿਬ, ਇਹ ਸੀ ਜੀ ਲੰਬੂ ਪੁੱਤ ਜੀ। ਅੱਜ ਕੰਡੇ ਦਾ ਕੰਡਾ ਜੀ ਤੁਹਾਡੇ ਵੱਲ ਲਿਖਿਆ ਹੈ, ਉਹ ਚੰਨ ਪਰਦੇਸੀ ਰੇਡੀਓ। ਅੱਛਾ, ਆਉਣ ਦਿਓ। ਹਾਂਜੀ, ਹੀਰ ਆਖਦੀ ਰਾਂਝਿਆ ਛੱਡ ਬਿਜ਼ਨਸ, ਹੀਰ ਆਖਦੀ ਰਾਂਝਿਆ ਛੱਡ ਬਿਜ਼ਨਸ, ਸਿਆਸੀ ਧਰਮੀ ਪੜ੍ਹਨੇ ਅਖਬਾਰ ਵੇ ਤੂੰ ਜੀ, ਚੰਗਾ ਸੌਣ ਹੋਊ ਸਿਹਤ ਚੰਗੀ ਜੀ, ਨਾ ਕਦੇ ਹੋਵੇਗਾ ਦਿਮਾਗੀ ਬਿਮਾਰ ਵੇ ਤੂੰ ਜੀ, ਇੱਕ ਦੀਆਂ ਸਿੱਖੇਗਾ ਨਵੀਆਂ ਦਸ ਦਸ ਗੱਲਾਂ ਜੀ, ਨਾ ਪੁੱਛ ਗਿੱਛ ਨਾ ਕਰ ਇੰਤਜ਼ਾਰ ਵੇ ਤੂੰ ਜੀ, ਚੰਨ ਪਰਦੇਸੀ ਰੇਡੀਓ ਨਾਲ ਪਾ ਲੈ ਸਾਂਝ ਕੰਡਿਆ ਜੀ, ਹੋ ਜਾਵੇਗਾ ਦਿਮਾਗੀ ਸ਼ਾਹੂਕਾਰ ਵੇ ਤੂੰ ਜੀ। ਇਹ ਸੀ ਚੰਨ ਪਰਦੇਸੀ ਰੇਡੀਓ, ਮੇਹਰਬਾਨੀ ਕੰਡਾ ਸਾਹਿਬ, ਧੰਨਵਾਦ, ਹੁੰਦੀ ਹੈ ਜੀ ਮੁਲਾਕਾਤ, ਸਤਿ ਸ੍ਰੀ ਅਕਾਲ ਜੀ ਸਰ।